ਲਓ ਜੀ ਆਪਾਂ ਤੁਹਾਨੂੰ ਅੱਜ ਰਾਣੀ ਜੀ ਦਾ ਮੇਲਾ ਦਿਖਾਵਾਂਗੇ। ਕੰਮ ਤੋਂ ਆਏ ਸੀ, ਸਿੱਧਾ ਬਲੌਗ ਦੀ ਤਿਆਰੀ ਆ। ਰਾਣੀ ਜੀ ਦਾ ਮੇਲਾ ਦਿਖਾਵਾਂਗੇ ਅੱਜ, ਚਲੋ ਅੱਜ ਮੇਲੇ 'ਤੇ ਲੈ ਕੇ ਚੱਲੀਏ, ਤੁਹਾਨੂੰ ਸਿੱਧਾ ਮੇਲੇ 'ਤੇ ਲੈ ਕੇ ਜਾਵਾਂਗੇ। ਮੱਥੇ ਨੂੰ ਟਿਕਣਾ ਨੀ ਨਾ ਲੱਗਦੀ ਸੜਕ, ਇਹ ਵੀ ਸਿੱਧਾ ਆ ਜਾਂਦੀ ਆ, ਇੱਕ ਇੱਧਰੋਂ ਸੜਕ ਆਉਂਦੀ ਆ ਅਤੇ ਨਾਲ ਬੀੜ ਵੀ ਆ। ਦੁਕਾਨਾਂ ਲੱਗੀਆਂ ਹੋਈਆਂ ਨੇ, ਸੀਰਨੀ ਦੀ ਦੁਕਾਨ ਆ ਅਤੇ ਇਹ ਸਿੱਧਾ ਰਾਹ ਜਾਂਦਾ ਆਪਣਾ, ਇੱਥੇ ਮੱਥਾ ਟਿਕਦਾ ਮਾਤਾ ਦਾ, ਸਤੀ ਮਾਤਾ ਦਾ ਮੱਥਾ ਟਿਕਦਾ ਮਾਤਾ ਸਤੀ ਮਾਤਾ। ਅਤੇ ਭੀੜ ਇੰਨੀ ਆ, ਬਹੁਤ ਜ਼ਿਆਦਾ ਭੀੜ ਆ। ਲਓ ਜੀ ਆਪਾਂ ਬਾਜ਼ਾਰ 'ਚ ਪਹੁੰਚ ਚੁੱਕੇ ਹਾਂ, ਸਿੱਧਾ ਐਂਟਰੀ ਬਾਜ਼ਾਰ 'ਚ।
ਤੇ ਲੈਣਾ ਲੂਣਾ ਕਹਿੰਦੇ ਕੁਛ ਨਹੀਂ ਹੈਗਾ, ਆਪਾਂ ਨੇ ਤੁਹਾਨੂੰ ਬਾਜ਼ਾਰ ਦਿਖਾਉਂਦੇ ਹਾਂ। ਬਾਜ਼ਾਰ ਕਾਫੀ ਲੰਬਾ ਲੱਗਦਾ ਮੈਨੂੰ, ਮੈਂ ਆਇਆ ਪਹਿਲੀ ਵਾਰ ਆ, ਹੁਣ ਸਾਨੂੰ ਐਂ ਨਹੀਂ ਪਤਾ ਲੱਗਦਾ ਜੀ ਜਾਈਏ ਕਿੱਧਰ ਨੂੰ। ਪਹਿਲਾਂ ਚੱਲ ਇਸ ਸਾਈਡ ਨੂੰ ਚੱਲਦੇ, ਬਾਜ਼ਾਰ ਤੋਂ ਤੁਹਾਨੂੰ ਖੜਾਉਣੇ ਸਭ ਕੁਛ ਮਿਲੂਗਾ। ਹੋਰ ਆਪਣੇ ਕੀ ਹਾਲ ਆ ਵੀਰੇ, ਕੀ ਹਾਲ ਆ ਵੀਰੇ, ਹੋਰ ਹੋਰ ਮੇਲਾ ਦੇਖ ਲਿਆ ਕਦ ਕਾਏ ਸੀ ਆ ਵੀਰੇ? ਕਿੱਥੋਂ ਕਿੱਥੋਂ ਵੀਰੇ ਤੁਸੀਂ, ਕੀ ਨਾਮ ਆ ਤੁਹਾਡਾ ਵੀਰੇ? ਤੁਹਾਡਾ ਵੀਰੇ ਕੀ ਆ ਤੁਹਾਡਾ? ਮੇਲਾ ਪੂਰਾ ਇੰਜੋਏ ਕਰਦੇ ਹੋ, ਵਧੀਆ ਵਧੀਆ। ਪਹੁੰਚ ਗਏ ਪਰਾਣੀ ਜੀ, ਤੁਹਾਨੂੰ ਮੇਲਾ ਦਿਖਾਵਾਂਗੇ, ਤੁਹਾਨੂੰ ਪਤਾ ਆ ਮੇਲੇ ਲੈ ਦਿੰਦੇ। ਆਓ ਜੀ ਆਪਾਂ ਮੇਨ ਗੇਟ ਦੇ ਹੁਣ ਐਂਟਰੀ ਕਰਾਂਗੇ, ਇੱਥੋਂ ਰਾਣੀ ਜੀ ਦਾ ਮੇਲਾ, ਇੱਧਰੋਂ ਵੀ ਰਸਤਾ ਆਉਂਦਾ ਅਤੇ ਜਿੱਧਰੋਂ ਮੈਂ ਆ ਰਿਹਾ ਸੀ ਉੱਧਰੋਂ ਵੀ ਰਸਤਾ ਆਉਂਦਾ। ਹਾਂ ਮੇਨ ਰਸਤਾ ਰਾਣੀ ਜੀ ਦੇ ਮੇਲੇ ਦਾ। ਹਾਂ ਸਕਿਉਰਟੀ ਗਾਰਡ ਲੱਗੇ ਹੋਏ ਨੇ, ਜਿੰਨੇ ਵੀ ਇੱਥੇ ਸਕਿਉਰਟੀ ਗਾਰਡ ਨੇ। ਵੀ ਆਪਾਂ ਨੇ ਹੁਣ ਅੰਦਰ ਐਂਟਰੀ ਕਰਤੀ, ਇਹ ਅੰਦਰਲੀ ਸਾਈਡ ਆ, ਆਪਣੇ ਬਾਪੂ ਜੀ ਜਾਂਦੇ ਨੇ ਮੂਹਰੇ ਮੂਹਰੇ, ਆਪਾਂ ਪਿੱਛੇ ਪਿੱਛੇ। ਇਸ ਵਾਰ ਭੀੜ ਹਜੇ ਠੀਕ ਠਾਕ ਆ, ਕਿਉਂਕਿ ਵਧਣ ਦੀ ਆਸ ਆ ਭੀੜ ਦੀ, ਕਿਉਂਕਿ ਆਪਣਾ ਟਾਈਮ ਦੀ ਆਪਾਂ 10:30 ਆਏ ਹਾਂ, ਇਹ ਭੀੜ ਹੋਊਗੀ, ਦੇਖਾਂਗੇ ਭੀੜ ਹੋਊਗੀ। ਸਮਾਨ ਲੈ ਕੇ ਜਾਂਦੇ ਨੇ, ਜਿਹੜਾ ਵੀ ਸਮਾਨ ਹੁੰਦਾ ਉਹ ਲੈ ਕੇ ਜਾਂਦੇ ਨੇ, ਜਿਵੇਂ ਆਹ ਚੀਜ਼ਾਂ ਨੇ ਬਾਪੂ ਜੀ ਲੈ ਰਹੇ ਨੇ, ਰਾਹ ਲੈ ਰਹੇ ਨੇ, ਭੀੜ ਫੁੱਲ ਲੱਗੀ ਵੀ ਲਾਈਨਾਂ ਲੱਗੀਆਂ ਹੋਈਆਂ ਨੇ, ਆਹ ਪ੍ਰੋਪਰ ਲਾਈਨਾਂ ਨੇ, ਆਹ ਸੇਵਾਦਾਰ ਸੇਵਾਦਾਰ ਰਹਿਣੇ। ਦੁੱਧ ਚੜ੍ਹਦਾ ਜਿਹੜਾ ਸਾਰਾ ਦਿਨ ਇੱਥੇ ਸੇਵਾ ਵੀਰਾ ਸੇਵਾ ਕਰ ਰਿਹਾ, ਇੱਥੇ ਕਰ ਰਿਹਾ ਸੇਵਾ, ਅਤੇ ਆਪਾਂ ਹੁਣ ਅੰਦਰ ਲੈ ਚੱਲਦੇ ਹਾਂ।
ਮੇਰੇ ਵੀਰ ਉਹਨੀ ਸੇਵਾ ਕਰਦੇ ਨੇ ਇੱਥੇ, ਅਤੇ ਝਾੜੂ ਦੀ ਸੇਵਾ ਕਰਦੇ ਨੇ। ਓਕੇ, ਆਹ ਝਾੜੂ ਕਿੰਨੇ ਹੋ ਗਏ? ਸਾਰੇ ਝਾੜੂ ਮਿਲ ਰਹੇ। ਹਾਂਜੀ, 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 ਚੜ੍ਹਾਏ ਜਾਂਦੇ ਨੇ। ਠੀਕ ਹੈ ਜੀ, ਆਹ ਝਾੜੂ ਚੜ੍ਹਾਏ ਪਏ ਨੇ। ਬਾਬਾ ਜੀ ਨੇ ਦੱਸਿਆ ਵੀ ਕਿੱਦਾਂ ਦੇ ਕਿੱਦਾਂ ਚੜ੍ਹਾਊ ਝਾੜੂ ਚੜ੍ਹਦੇ ਨੇ। ਕੋਈ ਵੀ ਰੋਗ ਹੋਵੇ ਇੱਥੇ ਸਾਰੇ। ਹਾਂਜੀ, 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 ਅੱਛਾ ਜੀ, ਠੀਕ ਹੈ, ਧੰਨਵਾਦ ਬਾਬਾ ਜੀ। ਜਿੱਥੇ ਹੁਣ ਮਿੱਟੀ ਕਰਦੇ ਹਾਂ ਆਪਾਂ, ਤੁਹਾਨੂੰ ਉੱਥੇ ਲੈ ਚੱਲਦੇ ਹਾਂ। ਬਾਈ ਆਸਥਾਨ 'ਤੇ ਮਿੱਟੀ ਕੱਢਦੇ ਨੇ, ਉਹ ਸਾਰੇ ਕੱਢਣ ਲੱਗੇ ਮੈਨੇ ਮਿੱਟੀ, ਸਾਰੇ ਮਿੱਟੀ ਕੱਢਦੇ ਨੇ। ਕੀ ਲਿੱਤਾ ਮੇਲੇ 'ਚ? ਮੱਥਾ ਟੇਕਦੇ ਹੋ? ਠੀਕ ਆ ਜੀ, ਆਸਥਾਨ 'ਤੇ ਪਹੁੰਚ ਗਏ। ਅਸੀਂ ਉਸ ਥਾਂ 'ਤੇ ਪਹੁੰਚ ਗਏ ਹੋ, ਚੁੰਨੀ ਆ ਮੱਥੇ ਦੀ ਅੰਦਰ ਚੁੰਨੀ ਆ। ਬਾਪੂ ਜੀ ਇੱਥੇ ਮਤਲਬ ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਅੱਜ 6 ਸਤੰਬਰ ਹੈ, 6 ਸਤੰਬਰ ਭਾਈ ਦਾਦੇ ਰਾਣੀ ਧੀ ਦਾ ਮੇਲਾ ਸੰਗਤਾਂ ਦੁਆਰਾ ਬਹੁਤ ਨਤਮਸਤਕ ਹੋਣ ਵਾਸਤੇ ਭਰਿਆ। ਇੱਥੇ ਜਿਹੜੀ ਸੰਗਤਾਂ ਨੇ
ਤਕਰੀਬਨ 40-42 ਪਿੰਡਾਂ ਤੋਂ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ। ਸਿਆਣਿਆਂ ਨੇ, ਬਜ਼ੁਰਗਾਂ ਨੇ, ਬਾਬਾ ਜੀਆਂ ਨੇ, ਬਚਨ ਨੇ, ਭਾਈ ਇੱਥੇ ਜਿਹੜਾ ਵੀ ਬੰਦਾ ਆ ਕੇ ਮਾਤਾ ਦੇ ਦਰਬਾਰ 'ਚ ਦਰਸ਼ਨ ਕਰਦਾ, ਮੱਥਾ ਟੇਕਦਾ, ਉਹਦੀ ਹਰ ਮਨੋਕਾਮਨਾ ਪੂਰੀ ਹੋਊਗੀ। ਸੁੱਖਾਂ ਭਾਈ ਬਾਹਰ ਆਉਂਦੀਆਂ ਨੇ। ਮਹਾਮਾਈ ਦੀ ਇੰਨੀ ਕਿਰਪਾ ਸਾਡੇ ਇਲਾਕੇ 'ਤੇ, ਤਕਰੀਬਨ 40-50 ਪਿੰਡਾਂ 'ਤੇ ਇੰਨੀ ਕਿਰਪਾ। ਬਹੁਤ ਚੜ੍ਹਦੀ ਕਲਾ 'ਚ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਮੇਲਾ ਬਹੁਤ ਧੂਮਧਾਮ ਨਾਲ ਹਰ ਸਾਲ ਭਰਾਇਆ ਜਾਂਦਾ ਹੈ। ਸੰਗਤਾਂ ਦੂਰੋਂ ਨੇੜਿਓਂ ਇੱਥੇ ਮੱਥਾ ਟੇਕਣ ਆਉਂਦੀਆਂ ਹਨ। ਅਤੇ ਇਸ ਵਾਸਤੇ ਸਾਡੇ ਜਿਹੜਾ ਪ੍ਰਬੰਧ ਹੈ, ਬਾਬਾ ਰਾਮਪੁਰੀ ਜੀ, ਬਾਬਾ ਸ਼ੁਕਰਪੁਰੀ ਜੀ ਅਤੇ ਸਤਿਕਾਰਯੋਗ ਸਾਡੇ ਮਹਾਂਪੁਰਖ ਸੰਤ ਬਾਬਾ ਖਮਾਣ ਵਾਲੇ ਸੇਵਾਨੰਦ ਜੀ ਅਤੇ ਸਾਰੇ ਜਿੰਨੇ ਵੀ ਸਾਡੇ ਪੰਚ ਸਰਪੰਚ ਮੋਹਤਬਰ ਲੰਬੜਦਾਰ ਸਾਹਿਬਾਨ ਬੈਠੇ ਨੇ, ਇਹਨਾਂ ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਸੰਗਤ ਦੇ ਵਾਸਤੇ ਸੁਚੱਚਾ ਪ੍ਰਬੰਧ ਕੀਤਾ ਜਾਵੇ। ਅਤੇ ਇਸ ਤੋਂ ਉਪਰੰਤ ਗੁਰੂ ਕਾ ਲੰਗਰ, ਜੋ ਮਹਾਮਾਈ ਦਾ ਭੰਡਾਰਾ, ਉਹ ਤੁੱਟ ਚੱਲਦਾ ਹੈ। ਜਿਹੜਾ ਪ੍ਰਬੰਧ ਕੀਤਾ ਜਾਂਦਾ ਲੰਗਰ ਦਾ, ਇਹ ਹਰ ਸਾਲ ਇਹ ਉਹ ਮੰਦਿਰ ਹੈ ਮਹਾਮਾਈ ਦਾ, ਇਹ ਉਹ ਮਹਾਮਾਈ ਦਾ ਦਰਬਾਰ ਹੈ ਜਿੱਥੇ ਹਰ ਇੱਕ ਭੁੱਖੇ ਪਿਆਸੇ ਨੂੰ ਭੋਜਨ ਮਿਲਦਾ। ਸਾਧੂ ਸੰਤ ਕੋਈ ਅਗਰ ਆਉਂਦਾ ਵੇਲੇ ਕਵੇਲੇ ਤਾਂ ਉਹਨੂੰ ਭੋਜਨ ਦੇ ਨਾਲ ਨਾਲ ਰਹਿਣ ਵਾਸਤੇ ਜਗ੍ਹਾ ਵੀ ਮਿਲਦੀ ਹੈ। ਇੱਥੇ ਮਹਾਂਪੁਰਖਾਂ ਦਾ ਬਹੁਤ ਕਿਰਪਾ, ਬਹੁਤ ਆਸ਼ੀਰਵਾਦ ਹੈ। ਇਸ ਕਰਕੇ ਅਸੀਂ ਇਸ ਜਗ੍ਹਾ ਨੂੰ ਪਵਿੱਤਰ ਮੰਨਦੇ ਹੋਏ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਮਾਨਤਾ। ਅਗਲੇ ਦਿਨ ਘੋਲ ਹੁੰਦੇ ਹਨ, ਕੁਸ਼ਤੀਆਂ ਹੁੰਦੀਆਂ ਹਨ, ਜਿਵੇਂ ਕਿ ਅੱਜ 6 ਤਰੀਕ ਹੈ, ਕੱਲ੍ਹ ਨੂੰ 7 ਤਰੀਕ ਹੈ। 7 ਤਰੀਕ ਨੂੰ ਕੁਸ਼ਤੀਆਂ ਅਤੇ ਘੋਲ ਹੁੰਦੇ ਹਨ, ਜਿਸ ਵਿੱਚ ਨਾਮੀ ਪਹਿਲਵਾਨ ਹਿੱਸਾ ਲੈਂਦੇ ਹਨ। ਅਤੇ ਪੰਚਾਇਤਾਂ ਦੇ ਸਹਿਯੋਗ ਦੇ ਨਾਲ, ਤਕਰੀਬਨ ਸਾਰੇ ਪਿੰਡਾਂ ਦੇ ਸਹਿਯੋਗ ਦੇ ਨਾਲ, ਸਾਰੇ ਪਿੰਡਾਂ 'ਚੋਂ ਤਿਲ ਪੁੱਲ ਇਕੱਠਾ ਕਰਕੇ ਅਸੀਂ ਕੁਸ਼ਤੀਆਂ ਕਰਦੇ ਹਾਂ। ਅਤੇ ਆਸ਼ੀਰਵਾਦ ਸਾਡੇ ਮਹਾਂਪੁਰਖਾਂ ਦਾ ਇਸੇ ਤਰ੍ਹਾਂ ਬਣਿਆ ਰਹੇ, ਇਹੀ ਸਾਡੀ ਮਰਿਆਦਾ, ਇਹੀ ਸਾਡੀ ਬੇਨਤੀ ਹੈ ਕਿ ਮਹਾਮਾਈ ਦਾਦੇ ਰਾਣੀ ਜੀ ਦੀ ਕਿਰਪਾ ਇਹ ਸਾਰੇ ਨਗਰਾਂ 'ਤੇ, ਇਸ ਇਲਾਕੇ 'ਤੇ, ਸਾਡੇ ਪੰਜਾਬ 'ਤੇ, ਸਾਡੇ ਦੇਸ਼ 'ਤੇ ਬਣੀ ਰਹੇ। ਬਹੁਤ ਕਿਰਪਾ, ਤੁਹਾਡੇ ਵਰਗੇ ਸਾਰੇ ਭਰਾਵਾਂ ਦਾ ਸਹਿਯੋਗ ਹੈ। ਤਿਲ ਫੁੱਲ ਇਕੱਠਾ ਕਰਕੇ ਅਸੀਂ ਸੰਗਤ ਦੇ ਰੂਬਰੂ ਹੁੰਦੇ ਹਾਂ। ਇਹੀ ਸਾਡੀ ਮਾਈ ਦਾ ਇਤਿਹਾਸ ਹੈ ਕਿ ਸੁੱਖਾਂ ਬਾਹਰ ਆਉਂਦੀਆਂ ਨੇ। ਜੈਕਾਰਾ ਮਾਂ ਰਾਣੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ। ਲਓ ਜੀ, ਆਪਾਂ ਹੁਣ ਲੰਗਰ 'ਚ ਪਹੁੰਚ ਗਏ। ਹਾਂ, ਲੰਗਰ ਉਹ ਸਾਰੇ ਸਾਡੇ ਲੰਗਰ ਇੱਧਰ ਸੇਵਾ ਕਰਦੇ ਨੇ। ਆਹ ਲੱਗੇ ਹੋਏ ਨੇ ਬਾਪੂ ਸੇਵਾ ਕਰਦੇ। ਸਾਰੇ ਸੇਵਾ ਕਰਦੇ ਨੇ, ਉਹ ਸੇਵਾਦਾਰ ਲੱਗੇ ਹੋਏ ਨੇ ਭਾਂਡੇ ਧੋਣੇ, ਸੇਵਾ ਕਰਦੀ। Thank you.
ਨੂੰ, ਸੰਦੀਪ ਨੂੰ, ਮੁਸੰਮੀ ਦਾ ਬੁਲਾਵਾਂਗੇ। ਲਓ ਵੀ ਆਪਣੀ ਮੇਲੇ ਤੋਂ ਵਾਪਸ ਐਂਟਰੀ ਆ, ਹੁਣ ਆਪਾਂ ਵਾਪਸ ਜਾਵਾਂਗੇ, ਵਾਪਸ ਆ ਰਹੇ ਹੁਣ ਆਪਾਂ ਬਾਈ, ਵਾਪਸ ਆ ਰਹੇ ਹਾਂ। ਇੱਕ ਮੇਰਾ ਭੈਣਾ ਪੰਜੋਲ ਤੋਂ, ਉਹਨਾਂ ਨਾਂ ਦੇ ਦੁਸ਼ਮਣੇ ਭਾਸ਼ੋ ਕੁਮਾਰਾ, ਉਹ ਕਿੱਥੇ ਮੇਰੀ ਰਾਤ ਰਾਸ਼ਟਰ ਨਾ ਖੜੋ ਜੀ, ਆਜੋ ਮਾਤਾ ਜੀ, ਆਜੋ ਭਾਜੀ।